ਹਾਂਜੀ ਰਹੀ, ਅਸਲਾਮੁਅਲੈਕੁਮ। ਕੈਸੇ ਹੈ ਮੇਰੇ ਭੈਣ ਭਾਈ? ਉਮੀਦ ਕਰਦੀ ਹਾਂ ਕਿ ਮੇਰੇ ਭੈਣ ਭਾਈ ਸਭ ਖੁਸ਼ ਹੋਣਗੇ, ਆਬਾਦ ਹੋਣਗੇ। ਅੱਲਾਹ ਤਾਲਾ ਮੇਰੇ ਭੈਣ ਭਾਈਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ। ਤੁਸੀਂ ਪਹਿਲੀ ਸਵਾਦ ਨਾਲ ਅੱਜ ਦੇ ਮੁਲਾਕਾਤ ਕਰਦੀ ਹਾਂ। ਹਾਂ, ਜਿੰਨਾ ਮੇਰੇ ਭੈਣ ਭਾਈਆਂ ਨੇ ਤੁਸੀਂ ਮਾਫੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰ ਲਓ, ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਮੇਰੇ ਭੈਣ ਭਾਈਆਂ ਤੱਕ ਪਹੁੰਚ ਜਾਵੇ। ਅੱਛਾ ਜੀ, ਅੱਜ ਦਾ ਵਲੋਗ ਕਿਸ ਤਰ੍ਹਾਂ ਦਾ? ਮੈਂ ਘਰ ਆਈ ਅਤੇ ਆਪੀ ਹੁਣੇ ਵੀ ਆ ਗਏ, ਮਾਸ਼ਾਅੱਲਾ ਨਵੀਆਂ ਤਾਂ ਤੁਸੀਂ ਕਾਫੀ ਦਿਨਾਂ ਨੇ ਅਸੀਂ ਬਾਕੀ ਆਪੀ ਹੁਣੇ ਚੱਲੇ ਆ, ਮੌਸਮ ਵੀ ਮਾਸ਼ਾਅੱਲਾ ਇੰਨਾ ਪਿਆਰਾ ਹੋ ਗਿਆ, ਠੰਡਾ ਠੰਡਾ ਮੌਸਮ ਹੋ ਗਿਆ। ਆਪੀ ਨਾਲ ਇੰਜੋਏ ਕਰਦੇ ਜਾਈਏ, ਠੰਡੇ ਠੰਡੇ ਠੀਕ। ਆਪੀ ਇੰਨਾ ਤੁਹਾਨੂੰ ਖੈਰ ਨਾ ਜਾਵੇ, ਪਹੁੰਚ ਕੇ ਦੱਸਿਓ ਫਿਰ। ਹਾਂਜੀ, ਬਾਕੀ ਵੀ ਪਤਾ ਜਿਹੜਾ ਵੀ ਸੀਜ਼ ਹੋਇਆ ਆਪਣੇ ਪੈਰ 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 ਪੈ ਬਾਜੀ ਹੋਣੇ ਜਾ ਰਹੇ ਮਾਸ਼ਾਅੱਲਾ, ਜਦੋਂ ਮੌਸਮ ਵੀ ਅੱਛਾ ਵਾ ਤਾਂ ਜਿੰਨੀ ਗਰਮੀ ਸੀ ਅੱਜ ਬਹੁਤ ਜ਼ਿਆਦਾ, ਮਾਮੂ ਕੋਲ ਗਰਮੀ ਨਹੀਂ ਮਹਿਸੂਸ ਹੋਈ ਅਤੇ ਘਰ ਆ ਕੇ ਬਹੁਤ ਜ਼ਿਆਦਾ ਗਰਮੀ ਲੱਗੀ। ਮਾਸ਼ਾਅੱਲਾ ਜਿੰਨੀ ਗਰਮੀ ਸੀ ਉਨਾ ਜ਼ਿਆਦਾ ਅੱਲਾ ਨੇ ਮੌਸਮ ਅੱਛਾ ਕਰਤਾ ਅਤੇ ਬਹੁਤ ਜ਼ਿਆਦਾ ਹਨੇਰੀ ਆ ਹੀ। ਮਾਸ਼ਾਅੱਲਾ ਦੇਖੋ ਠੰਡਾ ਮੌਸਮ ਤਾਂ ਹੋ ਗਿਆ ਪਰ ਪਾਊਡਰ ਵੀ ਮੁਕਤੀ 'ਚ ਲੱਗਣ ਦਿਆ, ਸਾਹ ਉੱਧਰ ਫੁੱਟ ਹੋਣ ਦੇ ਹੀ। ਮਾਸ਼ਾਅੱਲਾ ਦੇ ਸਾਈਡ ਦੇ ਸੂਰਜ ਵੀ ਗਰੂਬ ਹੋ ਚੱਲਾ, ਤਕਰੀਬਨ ਅਸਰ ਦਾ ਟਾਈਮ ਹੋਣ ਵਾਲਾ ਅਤੇ ਭਾਈ ਵੀ ਸਬਜ਼ੀ ਵਾਲੇ ਆ ਜਾਏ। ਅਸਲਾਮ ਅਲੈਕਮ ਭਾਈ, ਭਾਈ ਕਿਹੜੀ ਕਿਹੜੀ ਸਬਜ਼ੀ? ਠੀਕ ਆ ਭਾਈ, ਸ਼ੁਕਰ ਅੱਲਾ ਦਾ। ਅਰਬੀ ਦੇ ਦੇ ਭਾਈ, ਬੱਚੇ ਅਰਬੀ ਕਹਿੰਦੇ, ਅਰਬੀ ਦੇ ਦੇ। ਹਾਂਜੀ ਜੀ, ਕੀ ਭਾਈ ਕਿਲੋ ਕਰ ਦਿਓ ਅਰਬੀ, ਆਲੂ ਵੀ ਕਰ ਦਿਓ। ਸ਼ਾਮੀਆਂ ਨੀਚੇ ਉਤਰ ਜਾ ਬੇਟਾ। ਤੇ ਮਾਸ਼ਾਅੱਲਾ ਬਾਜੀ ਆਏ ਹੋਏ ਭਾਈ ਯਾਸਮੀਨ, ਬੱਚਿਆਂ ਨੂੰ ਮਿਲਣ ਵਾਸਤੇ, ਮਿਲਾਉਣ ਵਾਸਤੇ ਲਏ, ਛੁੱਟੀਆਂ ਦਾ ਕੇ ਮਿਲਣ ਵਾਸਤੇ ਜੀ ਬੇਟੇ। ਅੱਛਾ ਅੱਛਾ ਬੇਟੇ, ਬਸ ਮੌਸਮ ਜਿੰਨੀ ਗਰਮੀ ਸੀ ਉਨਾ ਹੀ ਅੱਛਾ ਮੌਸਮ ਹੋ ਗਿਆ।
ਆਲੂ ਕਿੰਨਾ ਬਾਜੀ ਪਾਣੇ? ਆਲੂ ਕਿਰੇ ਅੱਧਾ ਕਿਲੋ ਆਲੂ ਕਰ ਦਿਓ, ਟਮਾਟਰ ਮਿਰਚਾਂ ਵੀ ਕਰ ਦਿਓ। ਮੈਂ ਗਈ ਹੋਈ ਸੀ ਭਾਈ ਆਪਣੇ ਮਾਮੂ ਕੋਲੇ ਛੁੱਟੀਆਂ 'ਚ, ਅਤੇ ਅੱਜ ਰਾਤੀ ਆਏ 11 ਵਜੇ ਉਦਣ ਦੀ ਸਬਜ਼ੀ, ਮੈਂ ਕਿਹਾ ਚੱਲ ਅੱਜ ਤਾਂ ਬਣਾਉਣੀ ਬਣਾਉਣੀ ਜੀ ਬੇਟੇ। ਮਿੱਟੀ ਘੱਟਾ ਬਹੁਤ ਉੱਡਣ ਡਿਆ, ਅਤੇ ਸਾਲਣ ਲੱਗੇ ਬਣਾਉਣ, ਕਿਚਨ 'ਚ ਬਣਨ ਲੱਗੇ ਬਣਾਉਣ, ਅਤੇ ਮਾਸ਼ਾਅੱਲਾ ਮੇਰੀ ਭਾਣਜੀ ਇੱਥੇ ਹੀ 2 ਤੇ ਲੈ ਪਾ ਬੇਟੀ, ਕਹਿੰਦੀ ਆਂਟੀ ਮੈਂ ਸਾਲਣ ਬਣਾਉਣਾ। ਮੈਂ ਕਿਹਾ ਬੇਟਾ ਤੁਸੀਂ ਮਹਿਮਾਨ ਆਏ ਆ ਅਤੇ ਰਹਿਣ ਦਿਓ ਸਾਲਣ ਬਣਾਉਣ ਦੀ। ਕਹਿੰਦੇ ਨਹੀਂ ਆਂਟੀ ਮੈਂ ਬਣਾਉਣਾ। ਬੇਟਾ ਇੱਕ ਮਿੰਟ, ਪਾਣੀ ਖੁਸ਼ਕ ਹੋਣ ਦੇ। ਆਲੂ ਅਰਬੀ ਬਣਾਉਣ ਲੱਗੇ ਜਮਸ਼ੇਦ ਬੇਟਾ ਕੋਲੇ ਖੜਾ ਸੀ, ਕਹਿੰਦਾ ਮੰਮਾ ਅਰਬੀ ਲਾ ਲਓ, ਕਿਉਂਕਿ ਬੱਚੇ ਸਾਰੇ ਅਰਬੀ ਸ਼ੌਂਕ ਨਾਲ ਖਾ ਲੈਂਦੇ। ਅਤੇ ਮਸਾਲੇ ਸਾਰੇ ਤਿਆਰ ਕਰ ਲਏ, ਟਮਾਟਰ, ਸਬਜ਼ ਮਿਰਚ, ਪਿਆਜ਼, ਆਲੂ ਵੀ ਕੱਟ ਕੇ ਵਾਸ਼ ਕਰਕੇ ਰੱਖ ਲਏ, ਅਰਬੀ ਵੀ ਵਾਸ਼ ਕਰ ਲਈ ਨਮਕ ਲਾ ਕੇ, ਅਤੇ ਘਿਓ ਉੱਪਰ ਰੱਖਿਆ ਵਾ, ਅਤੇ ਹੁਣ ਅਰਬੀ ਤਲਦੇ। ਅਤੇ ਲਾਬਾ ਬੇਟੀ ਸਾਲਣ ਬਣਾਉਂਦੀ, ਅੱਜ ਮੈਂ ਆਪਣੀ ਭਾਣਜੀ ਦਾ ਹੱਥ ਦਾ ਸਾਲਣ ਖਾਊਂਗੀ, ਕਿੱਦਾਂ ਦਾ ਬਣਾਉਂਦੀ। ਮਾਸ਼ਾਅੱਲਾ ਸੋਹਣਾ ਬਣਾਉਂਦੀਆਂ, ਸਾਰਾ ਕੰਮ ਹੀ ਕਰ ਲੈਂਦੇ, ਆਪ ਹੀ ਨਹੀਂ ਕਰਦੇ, ਖੁਦ ਕਰਦੀਆਂ, ਬੱਚੀਆਂ ਹਾਂਡੀ ਰੋਟੀ ਸਾਰਾ ਕੁਝ ਕਰ ਲੈਂਦੀਆਂ। ਮੈਂ ਕਿਹਾ ਚਲੋ ਮੈਂ ਆਪਣੀ ਬੇਟੀ ਦੇ ਹੱਥਾਂ ਦਾ ਸਾਲਣ, ਕਹਿੰਦੀ ਮੰਮਾ ਆਪੇ ਆਂਟੀ ਮੈਂ ਬਣਾਉਣਾ ਸਾਲਣ, ਤੁਸੀਂ ਰਹਿਣ ਦਿਓ। ਚਲੋ ਬੇਟਾ ਬਣਾਓ, ਦੇਖੋ ਬਹੁਤ ਜ਼ਿਆਦਾ ਆਉਂਦੀ ਆਈ ਹੈ, ਬਹੁਤ ਮਿੱਟੀ ਘੱਟਾ ਉੱਡਦੇ ਆ ਬਹੁਤ ਜ਼ਿਆਦਾ। ਅਤੇ ਬਿਸਰੇ ਵੀ ਲਾ ਲਏ, ਵਿਛਾ ਲਏ ਆ, ਇੱਧਰ ਮੈਂ ਵੀ ਵਿਛਾਣੇ, ਇੱਕ ਚਾਰ ਪਾਈ ਡਾਈ ਹੈ, ਅਤੇ ਮੇਰੀ ਵੀ ਬਹੁਤ ਜ਼ਿਆਦਾ ਅੰਦੇ ਹੀ। ਲੈ ਬਾ ਬੇਟੀ ਮਾਸ਼ਾਅੱਲਾ ਤਲੀ ਜਾਂਦੀ, ਅਤੇ ਬਾਕੀ ਆ ਪਾਊਡਰ ਮਸਾਲੇ ਸਾਰੇ ਤਿਆਰ, ਅਤੇ ਹਨੇਰੀ ਵੀ ਬਹੁਤ ਜ਼ਿਆਦਾ ਆ ਗਈ, ਦੁੱਧ ਵੀ ਆਦੀ ਆ ਬੇਟੀ ਲਈ, ਅਤੇ ਮੈਂ ਆਟਾ ਗੁੰਨਦੀ। ਅਤੇ ਬੇਟਾ ਨਿਕਾਲ ਲਾ ਬਸ, ਛਾਨਣੀ ਨਾਲ ਨਿਕਾਲ ਲਾ, ਬਸ ਛਾਨਣੀ ਨਾਲ ਨਿਕਾਲ ਲਾ। ਸਵੇਰਾ ਬੇਟੀ ਦੁੱਧ ਲੈ ਕੇ ਆਦੀ ਆ ਬੇਟੀ, ਕਹਿੰਦੀ ਮੰਮਾ 30 ਰੁਪਈਏ ਪਹਿਲਾਂ ਦੇ ਖੜੇ ਸੀ, ਅਤੇ ਜਾਮੇ ਸ਼ੀਰੀ ਵੀ ਖਤਮ ਹੋਈ ਹੈ, ਜਾਮੇ ਸ਼ੀਰੀ ਤੋਂ ਬਗੈਰ ਬੱਚਿਆਂ ਨੇ ਦੁੱਧ ਨਹੀਂ ਪੀਣਾ। ਆਦੀ ਆ ਪਹਿਲਾਂ ਕਹਿੰਦੇ ਮੰਮਾ ਜਾਮੇ ਸ਼ੀਰੀ ਨਾ ਹੋਈ, ਅਸੀਂ ਦੁੱਧ ਨਹੀਂ ਪੀਣਾ, ਅਤੇ ਜਾਮੇ ਸ਼ੀਰੀ ਵੀ 400 ਦੀ ਬੋਤਲ, ਹੁਣ ਮੈਂ ਕੀ ਕਰਾਂ, ਹੁਣ 400 ਦੀ ਜਾਮੇ ਸ਼ੀਰੀ ਦੀ ਬੋਤਲ, ਉਵੇਂ ਬੋਰਾ ਨਹੀਂ ਮੂੰਹ ਲਾਉਂਦੇ ਜਾਮੇ ਸ਼ੀਰੀ ਤੋਂ ਬਗੈਰ। ਅਤੇ ਆ ਬੇਟਾ ਇੱਧਰ ਆਵਾ, ਖੋਲਾ ਪਾਣੀ ਤਾਂ ਭਰੋ ਮੇਰਾ ਬੇਟਾ, ਇੱਕ 4 ਪਾਈ 'ਚ ਮੈਂ ਦੋਨੇ ਆਦੀਆਂ ਮਸਾਲਾ, ਬਿਜਲੀ ਚਲ ਗਈ, ਮਸਾਲਾ ਗਰੈਂਡਰ ਕਰਨ ਲੱਗੀ ਸੀ, ਧਨੀਆ ਤਾਂ ਮੈਂ ਲਿਆ ਸੀ ਪੀਸਿਆ ਹੋਇਆ, ਜਾਨੀ ਕਿ ਪੈਕਟ ਵਾਲਾ, ਅਤੇ ਜ਼ੀਰਾ ਵਾ ਇਹ ਜਿਹੜਾ ਮੈਂ ਗਰੈਂਡਰ ਕਰਨਾ ਸੀ, ਅਤੇ ਇਹ ਰਹਿ ਗਿਆ ਬਸ। ਹੁਣ ਮੈਂ ਲਾਈਟ ਚਲ ਗਈ, ਲਾਈਟ ਆਉਂਦੀ ਅਤੇ ਕਰਦੀ, ਦੁੱਧ ਵੀ ਬੱਚੇ ਲਏ, ਅਤੇ ਮੈਂ ਹੁਣ ਆਟਾ ਗੁੰਨਦੀ, ਅਤੇ ਲੈ ਬਾ ਬੇਟੀ ਬਣਾਉਣ ਦੇ ਸਾਲਣ। ਅਰਬੀ ਕੱਢ ਲਈ ਬੇਟਾ, ਪਿਆਜ਼ ਪਾ ਦਿਓ ਹੁਣ, ਅਤੇ ਮਾਸ਼ਾਅੱਲਾ ਲੈ ਬਾ ਬੇਟੀ ਸਾਲਣ ਬਣਾਉਣ ਦੀ। ਇਹਨੂੰ ਸ਼ੌਂਕ ਚੜਿਆ ਮੇਰੇ ਕਿਚਨ 'ਚ ਖਲੋ ਕੇ, ਆਂਟੀ ਮੈਂ ਤੁਹਾਡੇ ਕਿਚਨ 'ਚ ਖਲੋ ਕੇ ਸਾਲਣ ਬਣਾਉਣਾ। ਮੈਂ ਕਿਹਾ ਬੇਟਾ ਮਹਿਮਾਨ ਆਈ ਹੈ, ਨਹੀਂ ਆਂਟੀ ਮੈਂ ਬਣਾਉਣਾ। ਮੈਂ ਕਿਹਾ ਚਲੋ ਬਣਾ ਲਓ, ਅਤੇ ਮੈਂ ਹੁਣ ਸਦੂ ਆਟਾ ਗੁੰਨਦੀ, ਅਤੇ ਨਾਲ ਹੀ ਗੈਸ 'ਤੇ ਰੋਟੀਆਂ ਲੰਬੀਆਂ, ਕਿਉਂਕਿ ਬਾਹਰ ਹਨੇਰੀ ਬਰੀ ਆਉਣ ਦੀ, ਘੱਟਾ ਮਿੱਟੀ ਬਹੁਤ ਆ। ਆਹ ਦੇਖੋ ਕਿਚਨ ਦਾ ਕੀ ਹਾਲ ਹੋਇਆ, ਬਹੁਤ ਜ਼ਿਆਦਾ ਮਿੱਟੀ, ਆਹ ਦੇਖੋ ਗੰਦਾ ਹੋਇਆ ਪਿਆ ਮਿੱਟੀ ਨਾਲ, ਹਨੇਰੀ ਬਹੁਤ, ਹਰ ਸ਼ਾਇਦ ਘੱਟੋ ਘੱਟ ਹੋਈ ਪਈ। ਆਹ ਦੇਖੋ, ਅਤੇ ਹੁਣ ਮੈਂ ਹਾਂਜੀ ਆਟਾ ਗੁੰਨਦੀ ਆ, ਬਾਕੀ ਵੀਡੀਓ ਦਾ ਜਿਹੜਾ ਵੀ ਸੀਨ ਹੋਇਆ ਆਪਣੇ ਪਿਆਰੇ ਭੈਣ ਭਾਈਆਂ ਨੇ। ਜਿੰਨੀ ਗਰਮੀ ਸੀ ਓਨਾ ਜ਼ਿਆਦਾ ਮੌਸਮ ਲੰਮੀਆਂ ਨੇ ਅੱਛਾ ਕਰਤਾ। ਸਾਮਿਆ ਕਹਿੰਦੀ ਮੰਮਾ ਇੰਨੀ ਠੰਡੀ ਠੰਡੀ ਆ ਰਹੀ ਹੈ, ਸਾਲਣ ਬਣਾ ਲਿਆ, ਅੱਜ ਵਰ ਵੀ ਬਣਾਈ, ਆਟਾ ਮੈਂ ਗੁੰਨ ਕੇ ਰੱਖ ਲਿਆ ਵਾ, ਦੁੱਧ ਉੱਪਰ ਰੱਖਿਆ ਵਾ, ਭੱਜ ਕੇ ਗੈਸ ਜੀਰੋ ਤੇ ਬੰਦ ਕਰ ਦੇ, ਜੀਰੋ ਤੇ ਭੱਜ ਕੇ ਉੱਪਰ ਲਾ, ਅਤੇ ਦੁੱਧ ਉੱਪਰ ਰੱਖਿਆ ਕਰਾਂ, ਸਾਲਣ ਆਲੂ ਰੋਟੀ ਦਾ ਬਣਦਾ ਪਿਆ ਵਾ, ਅਤੇ ਆਟਾ ਗੁੰਨ ਕੇ ਰੱਖ ਲਿਆ ਵਾ, ਅਤੇ ਨਮਾਜ਼ ਪੜੂੰਗੀ ਮਗਰਬ ਦੀ, ਪੜ੍ਹ ਕੇ ਨਾਲ ਨਾਲ ਬੱਚਿਆਂ ਨੂੰ ਰੋਟੀ ਬਣਾ ਲੂੰਗੀ ਗਰਮ ਗਰਮ, ਅਤੇ ਆਵਾਜ਼ ਚੱਲ ਗਈ 4 ਪਾਈਆਂ ਨੂੰ ਸਾਲੀਆਂ, ਆਵਾਜ਼ ਚੱਲਦੀ ਪਈ 4 ਪਾਈਆਂ ਨੂੰ ਸਾਲੀਆਂ ਵਾ, ਬਾਕੀ ਰੋਟੀ ਨਮਾਜ਼ ਪੜ੍ਹ ਕੇ ਬਣਾਉਂਗੀ, ਅਤੇ ਵੀਡੀਓ ਜਾਣ ਜਿੱਥੇ ਕਰਦੀ ਹੈ। ਇਹ ਸਾਡੀ ਅੱਜ ਦੀ ਵੀਡੀਓ, ਅਗਰ ਮੇਰੇ ਭੈਣ ਭਾਈਆਂ ਨੂੰ ਪਸੰਦ ਆਵੇ ਲਾਇਕ ਔਰ ਸ਼ੇਅਰ ਕਰਿਓ,
ਦੁਆਵਾਂ 'ਚ ਆਪਣੇ ਭੈਣ ਨੂੰ ਯਾਦ ਰੱਖਿਓ, ਮੇਰੀਆਂ ਦੁਆਵਾਂ ਮੇਰੇ ਭੈਣ ਭਾਈਆਂ ਦੇ ਨਾਲ ਆ, ਮਿਲਾਂਗੇ ਲਾਸਟ ਵੀਡੀਓ ਦੇ ਨਾਲ। ਅੱਲਾ ਹਾਫਿਜ਼।